ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਸਾਈਪ੍ਰਸ ਲਾਈਵ ਵਿੱਚ। ਦੋਸਤੋ, ਕਾਫੀ ਚਿਰ ਬਾਅਦ ਆਪਾਂ ਇਸ ਚੈਨਲ ਦੇ ਵਿੱਚ ਵੀਡੀਓ ਅਪਲੋਡ ਕਰ ਰਹੇ ਹਾਂ, ਕਿਉਂਕਿ ਕੰਮ ਦੇ ਵਿੱਚ ਜ਼ਿਆਦਾ ਬਿਜ਼ੀ ਹੋਣ ਦੇ ਕਰਕੇ ਥੋੜ੍ਹਾ ਟਾਈਮ ਨਹੀਂ ਲੱਗਿਆ ਸਾਡਾ ਇਸ ਚੈਨਲ ਦੇ ਵਿੱਚ ਕੋਈ ਆਪਾਂ ਵੀਡੀਓ ਸ਼ੇਅਰ ਕਰੀਏ, ਕਿਉਂਕਿ ਕਮੈਂਟ ਤਾਂ ਅਸੀਂ ਤੁਹਾਡੇ ਕਾਫੀ ਜਿਹੜੇ ਆਏ ਹੋਏ ਕਮੈਂਟ ਉਹ ਤਾਂ ਦੇਖੇ ਆ ਤੇ ਉਹਨਾਂ ਤੇ ਲਾਈਕ ਵੀ ਕੀਤਾ ਤੁਹਾਡੇ ਕਮੈਂਟ ਨੂੰ। ਇਹਦਾ ਮਤਲਬ ਇਹ ਹੁੰਦਾ ਵਾ ਜਦੋਂ ਅਸੀਂ ਤੁਹਾਡੇ ਕਮੈਂਟ ਤੇ ਲਾਈਕ ਕਰ ਦਿੰਨੇ ਆ, ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਤੁਹਾਡਾ ਕਮੈਂਟ ਆ ਜਿਹੜਾ ਉਹ ਦੇਖ ਲਿਆ ਵਾ ਤੇ ਪੜ੍ਹ ਲਿਆ ਵਾ, ਕਿਉਂਕਿ ਦੋਸਤੋ ਕੰਮ ਦੇ ਵਿੱਚ ਬਿਜ਼ੀ ਹੋਣ ਦੇ ਕਰਕੇ ਰਿਪਲਾਈ ਨਹੀਂ ਹੋ ਸਕਿਆ। ਜਿੰਨਾ ਕੁ ਟਾਈਮ ਹੁੰਦਾ ਤੇ ਉਹਨਾਂ ਕੁ ਰਿਪਲਾਈ ਕਰਦੇ ਵੀ ਰਹੇ ਆ, ਤੇ ਕਈਆਂ ਦਾ ਵਟਸਐਪ ਤੇ ਵੀ ਮਤਲਬ ਮੈਸੇਜ ਕਰਦੇ ਰਹੇ ਆ, ਕਿਸੇ ਨਾਲ ਕਾਲ ਤੇ ਵੀ ਗੱਲ ਕਰਦੇ ਰਹੇ ਵਟਸਐਪ ਤੇ, ਜਿਨ੍ਹਾਂ ਨੇ ਭਰਾ ਨੇ ਮਤਲਬ ਵਟਸਐਪ ਨੰਬਰ ਸਾਡਾ ਹੈਗਾ ਵਾ ਤੇ ਉਹਨਾਂ ਨੇ ਮਤਲਬ ਵੀ ਕਹਿਣ ਦਾ ਮਤਲਬ ਵੀ ਜਿੰਨਾ ਕੁ ਟਾਈਮ ਹੁੰਦਾ ਉਨਾ ਕੁ ਆਪਾਂ ਟਾਈਮ ਜ਼ਰੂਰ ਕੱਢਦੇ ਹਾਂ। ਤੇ ਬਾਕੀ ਇਹ ਹੁੰਦਾ ਵੀ ਸ਼ਨੀਵਾਰ ਨੂੰ ਜਾਂ ਸੰਡੇ ਸਾਡੇ ਕੋਲ ਟਾਈਮ ਹੁੰਦਾ ਵਾ, ਕੰਮ ਤੋਂ ਫ੍ਰੀ ਹੋ ਕੇ ਅਸੀਂ ਗੱਲ ਕਰ ਸਕਦੇ ਹੁੰਦੇ ਹਾਂ। ਤੇ ਹੋਰ ਵੀਰ ਭਰਾ, ਜੇ ਕਿਸੇ ਨੇ ਵੀ ਗੱਲ ਕਰਨੀ ਹੁੰਦੀ ਆ ਸ਼ਨੀਵਾਰ ਜਾਂ ਐਤਵਾਰ ਵਾਲੇ ਦਿਨ ਤੁਸੀਂ ਗੱਲ ਕਰ ਸਕਦੇ ਆ, ਉਹ ਵੀ ਦੁਪਹਿਰ ਤੋਂ ਬਾਅਦ ਗੱਲ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਸਾਡਾ ਕੰਮ ਹੁੰਦਾ ਵਾ ਸਵੇਰੇ ਮੋਰਨਿੰਗ ਟਾਈਮ ਕੰਮ ਹੁੰਦਾ ਵਾ, ਉਹ ਕੰਮ ਕਰਨ ਤੋਂ ਬਾਅਦ ਅਸੀਂ ਫ੍ਰੀ ਹੋ ਜਾਂਦੇ ਹਾਂ, ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ। ਅਤੇ ਬਾਕੀ ਆਪਾਂ ਕਾਫੀ ਸਾਰੇ ਜਿਹੜੇ ਕਮੈਂਟ ਆਏ ਹੋਏ ਸੀਗੇ ਅਤੇ ਮਤਲਬ ਵੀ ਮੈਸੇਜ ਵੀ ਆਏ ਹੋਏ ਸੀਗੇ ਵਟਸਐਪ 'ਤੇ ਵੀ, ਜਿਨ੍ਹਾਂ ਨੇ ਮਤਲਬ ਮੈਸੇਜ ਕੀਤੇ ਉਹਨਾਂ ਦਾ ਰਿਪਲਾਈ ਨਹੀਂ ਹੋਇਆ, ਗੱਲ ਨਹੀਂ ਹੋ ਸਕੀ, ਅਤੇ ਕਈਆਂ ਨਾਲ ਗੱਲ ਵੀ ਹੋਈ ਆ, ਉਹ ਰਿਪਲਾਈ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ। ਅਤੇ ਬਾਕੀ ਇਹ ਗੱਲ ਪੁੱਛਦੇ ਹੁੰਦੇ ਆ ਵੀ ਜਿਹੜੇ ਸਟੂਡੈਂਟ ਜ਼ਿਆਦਾ ਪੁੱਛਦੇ ਹੁੰਦੇ ਆ ਜਾਂ ਜਿਹਨੇ ਵਰਕ ਪਰਮਿਟ 'ਤੇ ਆਉਣਾ ਹੁੰਦਾ ਉਹ ਵੀ ਪੁੱਛਦੇ ਹੁੰਦੇ ਆ ਸਾਰੇ ਕਮੈਂਟਾਂ ਵੀ ਕਿੰਨੇ ਕੁ ਪੈਸੇ ਬਣ ਜਾਂਦੇ ਆ ਸਾਈਪ੍ਰਸ ਦੇ ਵਿੱਚ ਵਰਕ ਪਰਮਿਟ 'ਤੇ, ਸੈਲਰੀ ਕਿੰਨੀ ਕੁ ਹੁੰਦੀ ਆ ਜਾਂ ਸਟੂਡੈਂਟ ਕਿੰਨੇ ਕੁ ਪੈਸੇ ਕਮਾ ਸਕਦਾ ਵਾ ਮੰਥਲੀ। ਅਤੇ ਸਟੂਡੈਂਟ ਵਾਸਤੇ ਮੈਂ ਪਹਿਲਾਂ ਇਹ ਕਹਿਣਾ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਵਾ ਕਿ ਸਟੂਡੈਂਟ ਨੂੰ ਜਿਹੜੇ ਪਹਿਲਾਂ 4-5 ਮਹੀਨੇ ਜਿਹੜੇ ਬਹੁਤ ਤੰਗੀ ਕੱਢਣੀ ਪੈਂਦੀ ਆ, ਬਹੁਤ ਮੁਸ਼ਕਲ ਹੋ ਜਾਂਦਾ। ਇਹ ਮੰਨ ਕੇ ਚੱਲਣਾ ਚਾਹੀਦਾ ਵੀ 6 ਮਹੀਨੇ ਤੁਹਾਨੂੰ ਕੰਮ ਨਹੀਂ ਮਿਲਣਾ ਹੈਗਾ, ਅਤੇ ਇਹ 'ਚ ਮੰਨ ਕੇ ਚੱਲਣਾ ਚਾਹੀਦਾ ਵਾ, ਕਿਉਂਕਿ ਕਹਿਣ ਦਾ ਮਤਲਬ ਮੇਰਾ ਤੁਸੀਂ ਸਮਝ ਰਹੇ ਹੋਗੇ, ਕਿਉਂਕਿ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਟੂਡੈਂਟ ਇੱਥੇ ਆਉਂਦਾ ਜਦੋਂ ਜਿਸ ਕਿਸੇ ਵੀ ਕਾਲਜ ਵਿੱਚ ਆਉਂਦਾ ਵਾ, ਵੱਖਰੇ ਵੱਖਰੇ ਕਾਲਜ ਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਆ, ਕੋਈ ਪੇਪਰ ਜਲਦੀ ਦਿੰਦਾ, ਕੋਈ ਪੇਪਰ ਥੋੜ੍ਹੇ ਲੇਟ ਮਿਲਦੇ ਆ, ਅਤੇ ਕਹਿਣ ਦਾ ਮਤਲਬ ਵੀ 5-6 ਮਹੀਨੇ ਮਤਲਬ ਇਹ ਹੋ ਜਾਂਦਾ ਵਾ, 3 ਕੁ ਮਹੀਨੇ ਬਾਅਦ ਹੀ ਆਪਾਂ ਨੂੰ ਜਿਹੜੇ ਵੀ ਪੇਪਰ ਆ ਕਾਲਜ ਦਿੰਦਾ ਵਾ, ਉਸ ਤੋਂ ਬਾਅਦ ਆਪਾਂ ਕੰਮ ਕਰ ਸਕਦੇ ਹਾਂ ਇਸੇ ਤਰੀਕੇ ਨਾਲ। ਕਿਸੇ ਰੈਸਟੋਰੈਂਟ 'ਚ ਮਿਲ ਜੂਗਾ, ਕਿਸੇ ਮਤਲਬ ਫਾਰਮ 'ਤੇ ਵੀ ਤੁਸੀਂ ਕੰਮ ਕਰ ਸਕਦੇ ਹਾਂ, ਪਰ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ। ਇਹਦੇ ਪੇਪਰ ਹੋਣ ਦਾ ਇਹ ਫਾਇਦਾ ਵਾ ਕਿਉਂਕਿ ਜਦੋਂ ਤੁਹਾਡੇ ਕੋਲ ਜੋ ਪੇਪਰ ਹੈਗੇ ਆ ਤੁਹਾਨੂੰ ਕਾਲਜ ਕੰਮ ਕਰਨ ਦੀ ਪਰਮਿਸ਼ਨ ਦੇ ਦਿੰਦਾ ਵਾ, ਉਸ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹਾਂ। ਜੇ ਤੁਸੀਂ ਕੱਲ੍ਹ ਕਿਸੇ ਫਾਰਮ 'ਤੇ ਵੀ ਕੰਮ ਕਰਦੇ ਆ, ਜੇ ਕੋਈ ਮਾਲਕ ਤੁਹਾਨੂੰ ਪੈਸੇ ਨਹੀਂ ਦਿੰਦਾ, ਤੁਸੀਂ ਕੇਸ ਕਰ ਸਕਦੇ ਹੋ ਉੱਤੇ, ਅਤੇ ਉਹ ਤੁਹਾਡੇ ਪੈਸੇ ਨਹੀਂ ਮਾਰ ਸਕਦਾ। ਠੀਕ ਹੈ ਜੀ, ਕਈ ਜਦੋਂ ਆਪਣੇ ਕੋਲ ਪੇਪਰ ਨਹੀਂ ਗਏ ਆਪਾਂ ਕੰਮ ਕਰਦੇ ਹਾਂ, ਠੀਕ ਹੈ ਜੀ, ਸਟੂਡੈਂਟ ਕੋਲ ਪੇਪਰ ਹੈ ਨਹੀਂ ਗਏ ਕੰਮ ਕਰਨ ਵਾਲੇ ਮਤਲਬ ਕਾਨੂੰਨੀ ਤੌਰ 'ਤੇ, ਕਈ ਮਾਲਕ ਇੱਦਾਂ ਦੇ ਆ ਉਹ ਰੱਖ ਲੈਂਦੇ ਆ ਜਿਹਨਾਂ ਕੋਲ ਪੇਪਰ ਨਹੀਂ ਹੁੰਦਾ, ਮਤਲਬ ਸਟੂਡੈਂਟ ਕੰਮ ਕਰਾ ਲੈਂਦੇ ਆ, ਕਈ ਵਾਰੀ ਪੈਸੇ ਨਹੀਂ ਦਿੰਦੇ, ਉਹਨਾਂ ਨੂੰ ਵੀ ਪਤਾ ਹੁੰਦਾ ਇਹਨਾਂ ਕੋਲ ਪੇਪਰ ਹੈ ਨਹੀਂ ਗਏ, ਕੁਛ ਨਹੀਂ ਕਰ ਸਕਦੇ। ਠੀਕ ਹੈ ਜੀ, ਅਤੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਪਹਿਲਾਂ ਆਪਣੇ ਪੇਪਰ ਤਿਆਰ ਕਰਵਾਓ, ਜਿੰਨਾ ਚਿਰ ਨਹੀਂ ਹੁੰਦੇ ਪੇਪਰ ਆਉਂਦੇ ਨੇਗੇ ਉਨਾ ਚਿਰ ਤੁਸੀਂ, ਮਤਲਬ ਵੀ ਜਿੰਨਾ ਚਿਰ ਤੁਹਾਡੇ ਕੋਲ ਪੇਪਰ ਨਹੀਂ ਗਏ ਉਨਾ ਚਿਰ ਤੁਸੀਂ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਠੀਕ ਹੈ ਜੀ, ਅਤੇ ਬਾਕੀ ਜਦੋਂ ਪੇਪਰ ਮਿਲ ਜਾਂਦੇ ਆ ਆਪਾਂ ਕਾਰ ਵਾਸ਼ ਦਾ ਕੰਮ ਕਰ ਸਕਦੇ ਹਾਂ ਇੱਥੇ, ਮਤਲਬ ਕਿਸੇ ਫੈਕਟਰੀ 'ਚ ਲੱਗ ਸਕਦੇ ਹਾਂ, ਅਤੇ ਫਾਰਮ 'ਤੇ ਲੱਗ ਸਕਦੇ ਹਾਂ, ਅਤੇ ਮਤਲਬ ਰੈਸਟੋਰੈਂਟ 'ਚ ਲੱਗ ਸਕਦੇ ਹਾਂ, ਅਤੇ ਡਿਲੀਵਰੀ ਦਾ ਕੰਮ ਕਰ ਸਕਦੇ ਹਾਂ ਜਿੰਨਾ ਚਿਰ ਜਿਹਨੂੰ ਆਪਣੇ ਕੋਲ ਪੇਪਰ ਆ ਸਕਦੇ ਆ। ਠੀਕ ਹੈ ਜੀ, ਅਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ 500 ਯੂਰੋ ਆਪਾਂ ਕਮਾ ਸਕਦੇ ਹਾਂ ਸਾਈਪ੍ਰਸ ਦੇ ਵਿੱਚ ਸਟੂਡੈਂਟ, ਜੇ ਆਪਾਂ ਇੱਕ ਥਾਂ ਕੰਮ ਕਰਦੇ ਹਾਂ ਜਿਸ ਨਾਲ ਆਪਾਂ ਨੂੰ ਪੱਕਾ ਕੰਮ ਮਿਲ ਜਾਂਦਾ ਵਾ।
ਜੇ ਆਪਾਂ ਮੰਨ ਲਓ ਵੀ ਜੇ ਆਪਾਂ ਨੂੰ ਪੱਕਾ ਕੰਮ ਨਹੀਂ ਮਿਲਦਾ, ਆਪਾਂ ਟੁੱਟਵਾਂ ਕੰਮ ਕਰਦੇ ਹਾਂ ਸਟੂਡੈਂਟ ਕੋਈ ਵੀ, ਅਤੇ ਉਹ ਆਪਾਂ ਮੰਨ ਕੇ ਚੱਲਦੇ ਹਾਂ ਕਿ 20 ਯੂਰੋ ਜਾਂ 22 ਯੂਰੋ ਜਾਂ 25 ਯੂਰੋ ਕਿਤੇ ਨਾ ਕਿਤੇ ਮਿਲ ਜਾਂਦੀ ਹੈ, ਜਿਹੜਾ ਆਪਾਂ ਨੂੰ ਡੇ ਦਾ ਕੰਮ ਮਿਲ ਜਾਂਦਾ, ਮਤਲਬ ਦਿਹਾੜੀ ਕਰਨ ਦਾ ਮਿਲ ਜਾਂਦਾ। ਠੀਕ ਹੈ ਜੀ, ਅਤੇ ਇਹ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਈਜ਼ੀਲੀ ਮਿਲ ਜਾਂਦਾ ਵਾ, ਇਹ ਆਪਾਂ ਨੂੰ ਜਾਣ ਪਛਾਣ ਹੋਣੀ ਚਾਹੀਦੀ ਹੈ, ਗਾਹ ਦੀ ਗਾਹ ਇੱਕ ਦੂਜੇ ਨੂੰ ਦੱਸ ਪੁੱਛ ਕੇ ਆਪਾਂ ਨੂੰ ਜਿਹੜੇ ਮੁੰਡੇ ਆ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਆ, ਕੰਮ ਦਵਾ ਦਿੰਦੇ ਆ। ਠੀਕ ਹੈ ਜੀ, ਇਸ ਤਰ੍ਹਾਂ ਕੰਮ ਮਿਲਦੇ ਆ। ਦੂਜੀ ਗੱਲ ਇੱਕ ਹੋਰ ਪੁੱਛੀ ਸੀਗੀ ਗੱਲ ਵੀ ਆਪਾਂ ਸਾਈਪ੍ਰਸ ਤੋਂ ਕੈਨੇਡਾ ਨਿਕਲ ਸਕਦੇ ਜਾਂ ਨਹੀਂ। ਸਾਈਪ੍ਰਸ ਤੋਂ ਕੈਨੇਡਾ ਹੀ ਨਿਕਲ ਸਕਦੇ ਹਾਂ, ਉਹਦੇ ਵਾਸਤੇ ਦੋ ਤਰੀਕੇ ਹੈਗੇ ਆ। ਉਹਦੇ ਵਾਸਤੇ ਦੋ ਤਰੀਕੇ ਇਹ ਆ ਵੀ ਜੇ ਤਾਂ ਆਪਾਂ ਨੈਨੀ ਦਾ ਕੋਰਸ ਕੀਤਾ ਹੋਇਆ, ਭਲਾ ਮੁੰਡਾ ਭਲਾ ਕੁੜੀ ਆ, ਮੁੰਡੇ ਵੀ ਜਾਂਦੇ ਨੈਨੀ ਦੇ ਕੋਰਸ 'ਤੇ। ਠੀਕ ਹੈ ਜੀ, ਅਤੇ ਜਿੱਦਾਂ ਪੇਸ਼ੈਂਟ ਕੇਅਰ ਆ, ਇਹਨਾਂ 'ਤੇ ਵੀ ਮੁੰਡੇ ਕੁੜੀਆਂ ਜਾਂਦੇ ਆ। ਠੀਕ ਹੈ ਜੀ, ਉਹ ਆਪਾਂ ਨੂੰ ਸਾਲ ਇੱਥੇ ਕੰਮ ਕਰਨਾ ਪੈਂਦਾ ਵਾ, ਉਹ ਐਕਸਪੀਰੀਅੰਸ ਮੰਗਦੇ ਆ, ਸਾਈਪ੍ਰਸ ਤੋਂ ਆਪਾਂ ਅੱਗੇ ਨਿਕਲ ਸਕਦੇ ਹਾਂ। ਅਤੇ ਦੂਜੇ ਨੰਬਰ ਉਹਨਾਂ ਕੋਲ ਆਈਲੈਟਸ ਕੀਤੀ ਹੋਈ ਹੋਣੀ ਚਾਹੀਦੀ ਆ, ਅਤੇ ਉਹਦੇ ਵਿੱਚ 5 ਬੈਂਡ ਹੋਣੇ ਜ਼ਰੂਰੀ ਆ ਇੰਗਲਿਸ਼ ਦੇ ਵਿੱਚੋਂ। ਉਹ ਜੇ ਭਲਾ ਤੁਸੀਂ ਉੱਥੋਂ ਵੀ ਇੰਡੀਆ ਤੋਂ ਕੀਤੀ ਹੋਈ ਆਈਲੈਟਸ, ਉਹ ਪਰ ਉਹ ਨਹੀਂ, ਉਹ ਤੁਹਾਨੂੰ ਦੁਬਾਰਾ ਇੱਥੇ ਆਣ ਕੇ ਕਰਨੀ ਪਊਗੀ, ਉਹਦੀ ਮਤਲਬ ਤੁਹਾਨੂੰ ਉਹਦੇ 5 ਬੈਂਡ ਲੈਣੇ ਜ਼ਰੂਰੀ ਆ। ਠੀਕ ਹੈ ਜੀ, ਅਤੇ ਬਾਕੀ ਦੂਜਾ ਤਰੀਕਾ ਇਹ ਦੱਸ ਦਿੰਦਾ ਵਾ, ਕਈ ਵਾਰੀ ਜਦੋਂ ਮੰਨ ਲਓ ਵੀ ਆਪਾਂ ਕਿਸੇ ਨੇ ਮੁੰਡੇ ਜਿੱਦਾਂ ਹੈਗੇ ਆ ਇੱਥੇ, ਉਹਨਾਂ ਦੇ ਆਈਲੈਟਸ ਨਹੀਂ ਕਰ ਹੁੰਦੀ ਉਹਨਾਂ ਕੋਲ, ਇਹ ਟਾਈਮ ਹੈ ਨੀਗਾ। ਜੇ ਉਹਨਾਂ ਦੇ ਕੋਈ ਜਿੱਦਾਂ ਮਤਲਬ ਫਰੈਂਡ ਆ, ਕਈ ਕੁੜੀਆਂ ਵੀ ਹੁੰਦੀਆਂ ਇੱਥੇ, ਪੰਜਾਬੀ ਵੀ ਹੈਗੇ ਆ ਜਿੱਦਾਂ ਕੋਈ ਵੀ ਆ, ਅਤੇ ਠੀਕ ਹੈ ਜੀ, ਉਹ ਆਪਣੇ ਉਹਦੇ ਨਾਲ ਗੱਲ ਕਰ ਲੈਂਦੇ, ਤੂੰ ਆਈਲੈਟਸ ਕਰ ਲਾ ਕਰਵਾ ਦਿੰਦੇ ਆ, ਜਾਂ ਉਹਨੂੰ ਨਾਲ ਗੱਲਬਾਤ ਕਰ ਲੈਂਦੇ ਵੀ ਆਪਾਂ ਪੈਸੇ ਇਕੱਠੇ ਕਰ ਲਾਂਗੇ, ਅਤੇ ਉਹਦੇ ਨਾਲ ਅੱਗੇ ਜਾ ਸਕਦੇ ਆ ਇਸ ਤਰੀਕੇ ਨਾਲ। ਕਿਉਂਕਿ ਜਿਹੜਾ ਕਾਨੂੰਨ ਆ ਕੈਨੇਡਾ ਦਾ ਹੁਣ ਵੀ, ਮਤਲਬ ਜੇ ਕੋਈ ਨੈਨੀ ਦੇ ਕੋਰਸ 'ਤੇ ਵੀ ਕੀਤਾ ਹੋਇਆ ਵਾ, ਅਤੇ ਉਹ ਕੈਨੇਡਾ ਨੂੰ ਜਾਂਦੀ ਹੈ ਜਾਂ ਉਹਦਾ ਵੀਜ਼ਾ ਲੱਗ ਜਾਂਦਾ ਵਾ, ਉਹ ਆਪਣੇ ਹਸਬੈਂਡ ਨੂੰ ਜਾਂ ਕੋਈ ਆਪਣੇ ਮਤਲਬ ਕਿਸੇ ਨੂੰ ਵੀ ਨਾਲ, ਜੇ ਉਹਦਾ ਰਿਲੇਟਿਵ ਹੈਗਾ ਵਾ ਜਿੱਦਾਂ ਮਤਲਬ ਹੈਗੇ, ਹਸਬੈਂਡ ਨੂੰ ਨਾਲ ਲੈ ਜਾ ਸਕਦੇ ਆ, ਅਤੇ ਉਹਦਾ ਵੀ ਵੀਜ਼ਾ ਨਾਲ ਉਹਨੂੰ ਮਿਲ ਜਾਂਦਾ ਵਾ।